ਅੱਜ ਦੀ ਇਸ ਵੀਡੀਓ ਰਾਹੀਂ ਅਸੀਂ 6 ਜੁਲਾਈ 2020 ਸ਼੍ਰੇਣੀ 6ਵੀਂ ਦਾ ਜੋ ਡਿਲੀਡੋ ਦਾ ਕੰਮ ਆਇਆ ਹੈ ਉਹ ਕਰਾਂਗੇ ਅੱਜ ਆਇਆ ਹੈ ਵਿਸ਼ਾ ਇਤਿਹਾਸ ਪਾਠ ਨੰਬਰ 9 ਆਦਮਨੁਖ ਆਦਮਨੁਖ ਪੱਥਰ ਯੁੱਗ ਬਾਰੇ ਆਇਆ ਹੈ ਜਿਵੇਂ ਕਿ ਇਤਿਹਾਸਕਾਰਾਂ ਨੇ ਇਤਿਹਾਸ ਨੂੰ ਤਿੰਨ ਭਾਗਾਂ ਵਿੱਚ ਵੰਡਿਆ ਹੈ ਪ੍ਰਾਚੀਨ ਕਾਲ ਮੱਧ ਕਾਲ ਅਤੇ ਆਧੁਨਿਕ ਕਾਲ ਤੁਹਾਡਾ ਜੋ ਪ੍ਰਾਤਨ ਪੱਥਰ ਯੁੱਗ ਹੈ ਆਦਮਨੁਖ ਹੈ ਸਾਡਾ ਪ੍ਰਾਚਨ ਕਾਲ ਵਿੱਚ ਪ੍ਰਾਚਨ ਕਾਲ ਵਿੱਚ ਆ ਜਾਂਦਾ ਹੈ ਤਾਂ ਧਰਤੀ ਤੇ ਜੀਵਨ ਦੇ ਪਹਿਲੇ ਲੱਛਣ ਸੁਖਮ ਜੀਵ ਸਨ ਭਾਵ ਜੋ ਅਸੀਂ ਵਰਤਮਾਨ ਸਾਡੇ ਜੀਵ ਅਸੀਂ ਜੀਵ ਜੰਤੂ ਆ ਅਸੀਂ ਵਰਤਮਾਨ ਮਨੁੱਖ ਹੈ ਤਾਂ ਇਸ ਦੀ ਹੋਂਦ ਤਾਂ ਬਹੁਤ ਸਮਾਬਾਦ ਵਿੱਚ ਆਈ ਕਿਉਂਕਿ ਸਭ ਤੋਂ ਪਹਿਲਾਂ ਛੋਟੇ-ਛੋਟੇ ਕਿਟਾਣੂ ਸਭ ਤੋਂ ਪਹਿਲਾਂ ਛੋਟੇ-ਛੋਟੇ ਕਿਟਾਣੂ ਸਨ ਕਿਉਂਕਿ ਕਿਹਾ ਜਾਂਦਾ ਹੈ ਕਿ ਸਾਡੀ ਧਰਤੀ ਪਹਿਲਾਂ ਇੱਕ ਗੈਸੀ ਗੋਲਾ ਸੀ ਤੇ ਗੈਸ ਤੋਂ ਬਾਅਦ ਹੌਲੀ-ਹੌਲੀ ਧਰਤੀ ਹੌਲੀ-ਹੌਲੀ ਧਰਤੀ ਠੰਡੀ ਹੋ ਕੇ ਇੱਕ ਤਰਲਾ ਅਵਸਥਾ ਵਿੱਚ ਆਈ ਫਿਰ ਹੌਲੀ-ਹੌਲੀ ਧਰਤੀ ਠੋਸ ਅਵਸਥਾ ਵਿੱਚ ਆਈ ਤਾਂ ਕਰਕੇ ਸਭ ਤੋਂ ਜਿਹੜੇ ਪਹਿਲੇ ਮੁੱਖ ਲੱਛਣ ਸਨ ਉਹ ਸਨ ਸੁਖਮ ਜੀਵ ਜਿਨ੍ਹਾਂ ਨੇ ਹੌਲੀ-ਹੌਲੀ ਵਿਕਾਸ ਕਰਕੇ ਵੱਡੇ ਸਰੀਰਵਰੇ ਜਾਨਵਰਾਂ ਦਾ ਰੂਪ ਧਾਰਨ ਕੀਤਾ ਜਿਵੇਂ ਕਿ ਡਾਇਨਾਸੌਰ ਨਾਈਨਾਸੌਰ ਹਾਥੀ ਤੁਹਾਡੇ ਵਰਤਮਾਨ ਜਾਨਵਰ ਹਨ ਇਹ ਹੌਲੀ-ਹੌਲੀ ਇਹਨਾਂ ਦਾ ਵਿਕਾਸ ਹੋਇਆ ਧਰਤੀ ਤੇ ਮਨੁੱਖ ਦੀ ਹੋਂਦ ਲਗਭਗ 40 ਲੱਖ ਸਾਲ ਪਹਿਲਾਂ ਹੋਈ ਜੋ ਮਨੁੱਖ ਦੀ ਹੋਂਦ ਆ ਗਈ ਉਹ ਲਗਭਗ 40 ਲੱਖ ਸਾਲ ਪਹਿਲਾਂ ਹੋਈ ਸੀ ਉਸ ਸਮੇਂ ਮਨੁੱਖ ਦਾ ਜੀਵਨ ਜਾਨਵਰਾਂ ਵਰਗਾ ਸੀ ਉਸ ਨੂੰ ਜੀਵਨ ਦੀਆਂ ਮੁੱਖ ਜ਼ਰੂਰਤਾਂ ਨੂੰ ਸਮਝਣ ਵਿੱਚ ਹਜ਼ਾਰਾਂ ਸਾਲ ਲੱਗੇ ਕਿਉਂਕਿ ਜਿਹੜਾ ਮਨੁੱਖ ਸੀਗਾ ਉਸ ਸਮੇਂ ਦਾ ਉਸ ਦਾ ਜੀਵਨ ਬਿਲਕੁਲ ਜਾਨਵਰਾਂ ਵਰਗਾ ਸੀ ਉਸ ਨੂੰ ਜੋ ਸਾਡੀਆਂ ਜ਼ਰੂਰਤਾਂ ਹਨ ਉਹਨਾਂ ਨੂੰ ਸਮਝਣ ਵਿੱਚ ਹਜ਼ਾਰਾਂ ਸਾਲ ਲੱਗੇ ਆਦਿ ਮਾਨਵ ਭੋਜਨ ਦੀ ਤਲਾਸ਼ ਵਿੱਚ ਇੱਧਰ ਉੱਧਰ ਘੁੰਮਦਾ ਫਿਰਦਾ ਰਹਿੰਦਾ ਸੀ ਅਤੇ ਉਸ ਦਾ ਜੀਵਨ ਕੁਦਰਤੀ ਵਸਤਾਂ ਤੇ ਨਿਰਭਰ ਕਰਦਾ ਸੀ ਭਾਵ ਉਸ ਦਾ ਜੀਵਨ ਬਿਲਕੁਲ ਜਾਨਵਰਾਂ ਵਰਗਾ ਸੀ ਉਹ ਭੋਜਨ ਦੀ ਤਲਾਸ਼ ਵਿੱਚ ਭੋਜਨ ਦੀ ਭਾਲ ਵਿੱਚ ਇੱਧਰ ਉੱਧਰ ਘੁੰਮਦਾ ਫਿਰਦਾ ਰਹਿੰਦਾ ਸੀ ਉਸ ਦਾ ਸਾਰਾ ਜੀਵਨ ਕੁਦਰਤ ਤੇ ਨਿਰਭਰ ਸੀ ਉਹ ਉਸ ਨੂੰ ਜੋ ਜੰਗਲੀ ਕੰਦਮੂਲ ਮੱਛੀਆਂ ਫੜਦਾ ਅਤੇ ਸ਼ਿਕਾਰ ਕਰਦਾ ਸੀ ਉਸ ਨੂੰ ਜੋ ਜੰਗਲੀ ਕੰਦਮੂਲ ਭਾਵ ਜੰਗਲੀ ਜੜੀ ਬੂਟੀਆਂ ਫਲ ਜੋ ਉਸ ਨੂੰ ਮੌਸਮੀ ਫਲ ਮਿਲਦੇ ਸਨ ਉਹਨਾਂ ਨੂੰ ਖਾ ਲੈਂਦਾ ਸੀ ਤੇ ਆਪਣਾ ਜੀਵਨ ਬਿਲਕੁਲ ਇਸ ਤਰ੍ਹਾਂ ਜਾਨਵਰਾਂ ਵਾਂਗ ਬਤੀਤ ਕਰਦਾ ਸੀ ਕਿਉਂਕਿ ਫਲ ਜੇ ਤਾਂ ਜੇ ਗੱਲ ਕੀਤੀ ਜਾਵੇ ਅਸੀਂ ਕਿਹਾ ਉਸ ਦਾ ਮਨੁੱਖ ਦਾ ਜੀਵਨ ਜਾਨਵਰਾਂ ਵਰਗਾ ਸੀ ਅਤੇ ਉਹ ਭੋਜਨ ਦੀ ਤਲਾਸ਼ ਵਿੱਚ ਇਧਰ ਉਧਰ ਘੁੰਮਦਾ ਫਿਰਦਾ ਰਹਿੰਦਾ ਸੀ ਤਾਂ ਭੋਜਨ ਦੀ ਤਲਾਸ਼ ਵਿੱਚ ਇਧਰ ਉਧਰ ਜਾਣ ਦਾ ਮਤਲਬ ਕੀ ਹੈ ਪਹਿਲੀ ਗੱਲ ਤਾਂ ਜੋ ਕੁਦਰਤੀ ਉਸ ਦਾ ਜੀਵਨ ਬਿਲਕੁਲ ਕੁਦਰਤ ਤੇ ਨਿਰਪਰ ਕਰਦਾ ਸੀ ਜੋ ਕੁਦਰਤੀ ਫਲ ਸਨ ਕੁਦਰਤੀ ਕੰਦਮੂਲ ਕੁਦਰਤੀ ਜੜੀ ਬੂਟੀਆਂ ਸਨ ਉਹਨਾਂ ਦਾ ਇੱਕ ਮੌਸਮ ਹੁੰਦਾ ਜਿਵੇਂ ਅੱਜ ਕੱਲ੍ਹ ਹੁਣ ਗਰਮੀ ਦਾ ਮੌਸਮ ਚੱਲ ਰਿਹਾ ਤਾਂ ਅੱਜ ਕੱਲ੍ਹ ਮਸੰਮੀ ਅਤੇ ਆਂਬ ਮਸਮੀ ਅਤੇ ਆਂਬ ਦੀ ਰੁੱਤ ਹੈ ਜੋ ਕਿ ਵਿਸ਼ੇਸ਼ ਰੁੱਤ ਗਰਮੀ ਵਿੱਚ ਹੁੰਦਾ ਹੈ ਆਂਬ ਉਸ ਤੋਂ ਬਾਅਦ ਜਦੋਂ ਮੌਸਮ ਬਦਲਦਾ ਹੈ ਅੱਗੇ ਜਾ ਕੇ ਸਤੰਬਰ ਅਕਤੂਬਰ ਦੇ ਮਹੀਨੇ ਜਾ ਕੇ ਸੇਬ ਸੇਬ ਆ ਜਾਂਦਾ ਹੈ ਸੇਬ ਦੀ ਫਸਲ ਹੁੰਦੀ ਹੈ ਤਾਂ ਅਸੀਂ ਇਸ ਤੋਂ ਅੰਦਾਜ਼ਾ ਲਗਾ ਸਕਦੇ ਹਾਂ ਕਿਉਂਕਿ ਮਨੁੱਖ ਨੂੰ ਆਪ ਤਾਂ ਕੋਈ ਇੰਨੀ ਜ਼ਿਆਦਾ ਜਾਣਕਾਰੀ ਨਹੀਂ ਸੀ ਉਹ ਸਿਰਫ ਕੁਦਰਤੀ ਵਸਤਾਂ ਤੇ ਨਿਰਭਰ ਕਰਦਾ ਸੀ ਤਾਂ ਕੁਦਰਤੀ ਅਵਸਥਾ ਤੇ ਨਿਰਪਰ ਹੋਣ ਕਰਕੇ ਤਾਂ ਨੰਬਰ 1 ਜੋ ਤੁਹਾਨੂੰ ਦੱਸਿਆ ਕਿ ਜੋ ਜੰਗਲੀ ਕੰਦਮੂਲ ਜੜੀ ਬੂਟੀਆਂ ਫਲ ਸਨ ਉਹ ਮੌਸਮੀ ਹੁੰਦੇ ਨੇ ਤਾਂ ਇੱਕ ਮੌਸਮ ਤੋਂ ਬਾਅਦ ਦੂਜੇ ਮੌਸਮ ਦਾ ਜੋ ਫਲ ਮੁੱਕ ਜਾਂਦੇ ਸਨ ਤਾਂ ਮਨੁੱਖ ਨੂੰ ਤਾਂ ਕਿਤੇ ਹੋਰ ਕਿਸੇ ਹੋਰ ਜੰਗਲਾਂ ਵਿੱਚ ਜਾਣਾ ਪੈਂਦਾ ਸੀ ਤਾਂ ਜੋ ਆਪਣਾ ਢਿੱਡ ਭਰ ਸਕੇ ਬਾਕੀ ਆਪਣਾ ਢਿੱਡ ਭਰਨ ਵਾਸਤੇ ਅਸੀਂ ਕੁਝ ਵੀ ਕਰ ਸਕਦੇ ਹਾਂ ਫਿਰ ਨੰਬਰ 2 ਪਾਣੀ ਜਦੋਂ ਮਨੁੱਖ ਇੱਕ ਹੀ ਜਗ੍ਹਾ ਤੇ ਰਹਿੰਦਾ ਸੀ ਤਾਂ ਉੱਥੇ ਜੋ ਪਾਣੀ ਦੇ ਸਾਧਨ ਸਨ ਉਹ ਖਤਮ ਹੋ ਜਾਂਦੇ ਸਨ ਕਿਉਂਕਿ ਉਹ ਪਾਣੀ ਮਨੁੱਖ ਵਾਸਤੇ ਵੀ ਅਤੇ ਉਹ ਪਾਣੀ ਜੰਗਲੀ ਜਨਵਰਾਂ ਵਾਸਤੇ ਵੀ ਜ਼ਰੂਰੀ ਹੁੰਦਾ ਸੀ ਅਹਿਮ ਹੈ ਤਾਂ ਕਰਕੇ ਉਹ ਪਾਣੀ ਦੇ ਸਾਧਨਾਂ ਦੀ ਭਾਲ ਵਿੱਚ ਵੀ ਇੱਧਰ ਉੱਧਰ ਘੁੰਮਦਾ ਸੀ ਨੰਬਰ 3 ਜੋ ਜੰਗਲੀ ਜਾਨਵਰਾਂ ਦਾ ਉਹ ਸ਼ਿਕਾਰ ਕਰਦਾ ਸੀ ਜੋ ਜੰਗਲੀ ਜਾਨਵਰਾਂ ਦਾ ਉਹ ਸ਼ਿਕਾਰ ਕਰਦਾ ਸੀ ਉਹ ਜੰਗਲੀ ਜਾਨਵਰ ਵੀ ਆਪਣੇ ਭੋਜਨ ਦੀ ਭਾਲ ਵਿੱਚ ਇਧਰ ਉਧਰ ਜਾਂਦੇ ਸਨ ਤਾਂ ਮਨੁੱਖ ਕਿਉਂਕਿ ਮਨੁੱਖ ਉਹਨਾਂ ਦਾ ਮਾਸ ਖਾਂਦਾ ਸੀ ਸ਼ਿਕਾਰ ਕਰਕੇ ਤਾਂ ਮਨੁੱਖ ਉਹਨਾਂ ਦਾ ਪਿੱਛਾ ਕਰਦੇ ਕਰਦੇ ਉਹਨਾਂ ਦੇ ਪਿੱਛੇ ਜਾਂਦਾ ਸੀ ਤਾਂ ਇਹ ਵੀ ਕਾਰਨ ਹੈ ਮਨੁੱਖ ਦੇ ਇਧਰ ਉਧਰ ਜਾਣ ਦਾ ਉਸ ਨੂੰ ਕੋਈ ਸ਼ੌਂਕ ਨਹੀਂ ਸੀ ਇਧਰ ਉਧਰ ਜਾਣ ਦਾ ਉਸ ਦੀ ਮਜਬੂਰੀ ਸੀ ਕਿਉਂਕਿ ਜੋ ਫਲ ਜੋ ਜੰਗਲੀ ਕੁਦਰਤ ਵੱਲੋਂ ਫਲ ਨੇ ਉਹ ਮੌਸਮੀ ਹੁੰਦੇ ਨੇ ਤਾਂ ਇੱਕ ਮੌਸਮ ਤੋਂ ਬਾਅਦ ਦੂਜੇ ਮੌਸਮ ਤੱਕ ਉਸ ਨੂੰ ਕਿਸੇ ਕਿਸੇ ਹੋਰ ਜੰਗਲਾਂ ਵਿੱਚ ਜਾਣਾ ਪੈਂਦਾ ਸੀ ਤੇ ਜੋ ਪਾਣੀ ਦਾ ਸਾਧਨ ਸੀ ਇੱਕ ਥਾਂ ਤੇ ਜਦੋਂ ਖਤਮ ਹੋ ਜਾਂਦਾ ਸੀ ਤਾਂ ਦੂਜੀ ਥਾਂ ਤੇ ਉਹ ਜਾਂਦਾ ਸੀ ਤੇ ਜਿੰਨਾ ਜਾਨਵਰਾਂ ਦਾ ਉਹ ਸ਼ਿਕਾਰ ਕਰਦਾ ਸੀ ਉਹਨਾਂ ਜਾਨਵਰਾਂ ਦਾ ਪਿੱਛਾ ਕਰਦੇ ਹੋਈ ਵੀ ਉਹ ਇੱਧਰ ਉੱਧਰ ਜਾਂਦਾ ਸੀ ਉਹ ਜੰਗਲੀ ਕੰਦਮੂਲ ਖਾਂਦਾ ਸੀ ਮੱਛੀਆਂ ਫੜਦਾ ਸੀ ਅਤੇ ਸ਼ਿਕਾਰ ਖਾਂਦਾ ਸੀ ਉਹ ਕੱਚਾ ਮਾਸ ਖਾਂਦਾ ਸੀ ਮਨੁੱਖ ਨੂੰ ਕਿਉਂਕਿ ਉਸ ਨੂੰ ਕੋਈ ਜ਼ਿਆਦਾ ਜਾਣਕਾਰੀ ਨਹੀਂ ਸੀ ਉਹ ਬਿਲਕੁਲ ਕੱਚਾ ਮਾਸ ਖਾਂਦਾ ਸੀ ਤਾਂ ਅਸੀਂ ਕਹਿ ਸਕਦੇ ਹਾਂ ਉਸ ਦਾ ਜੀਵਨ ਜਨਵਰਾਂ ਵਰਗਾ ਸੀ ਉਸ ਨੂੰ ਅੱਗ ਬਾਰੇ ਉਸ ਨੂੰ ਅੱਗ ਬਾਰੇ ਕੋਈ ਜਾਣਕਾਰੀ ਪ੍ਰਾਪਤ ਨਹੀਂ ਸੀ ਉਹ ਆਪਣੇ ਆਪ ਨੂੰ ਉਹ ਆਪਣੇ ਆਪ ਨੂੰ ਜੰਗਲੀ ਜਨਵਰਾਂ ਤੋਂ ਸੁਰੱਖਿਅਤ ਰੱਖਣ ਲਈ ਝੁੰਡ ਬਣਾ ਕੇ ਕੁੰਮ ਦਾ ਫਿਰਦਾ ਸੀ ਕਿਉਂਕਿ ਜੋ ਜੰਗਲੀ ਜਾਨਵਰ ਹਨ ਜੇਕਰ ਅਸੀਂ ਝੁੰਡ ਬਣਾ ਕੇ ਰਹਾਗੇ ਰਹਿੰਦੇ ਸੀ ਤਾਂ ਉਹ ਉਸ ਤੋਂ ਡਰਦੇ ਮਾਰੇ ਉਸ ਦੇ ਕੋਲ ਨਹੀਂ ਆਉਂਦੇ ਸਨ ਉਹ ਆਤਮਾਨਮ ਜੰਗਲੀ ਜਾਨਵਰਾਂ ਤੋਂ ਬਚਣ ਲਈ ਝੁੰਡ ਬਣਾ ਕੇ ਕੁੰਮ ਦਾ ਫਿਰਦਾ ਸੀ ਉਹ ਰਾਤ ਨੂੰ ਦਰਖਤਾਂ ਜਾਂ ਗੁਫਾਵਾਂ ਅਤੇ ਪੱਥਰਾਂ ਦੇ ਵਿਸ਼ਰਾਮ ਘਰਾਂ ਵਿੱਚ ਰਹਿੰਦਾ ਸੀ ਕਿਉਂਕਿ ਦਰਖਤਾਂ ਤੇ ਜਾਂ ਗੁਫਾਵਾਂ ਦੇ ਵਿੱਚ ਜਾਂ ਪੱਥਰ ਦੇ ਵਿਚਰਾਮ ਘਰਾਂ ਵਿੱਚ ਉਹ ਆਪਣੇ ਆਪ ਨੂੰ ਜੰਗਲੀ ਜਾਨਵਰਾਂ ਤੋਂ ਸੁਰੱਖਿਤ ਮਹਿਸੂਸ ਕਰਦਾ ਸੀ ਤਾਂ ਕਰਕੇ ਉਹ ਦਰਖਤਾਂ ਜਾਂ ਗੁਫਾਵਾਂ ਦੇ ਵਿੱਚ ਰਹਿੰਦਾ ਸੀ ਆਦ ਮਾਨਵ ਆਪਣੇ ਸਰੀਰ ਨੂੰ ਜਾਨਵਰਾਂ ਦੀਆਂ ਖੱਲਾਂ ਦਰਖਤਾਂ ਦੇ ਪੱਤੇ ਅਤੇ ਛਿਲਕਿਆਂ ਨਾਲ ਢੱਕਦਾ ਸੀ ਜੋ ਉਸ ਨੂੰ ਬਹੁਤ ਜ਼ਿਆਦਾ ਗਰਮੀ ਤੋਂ ਬਚਾਉਂਦੇ ਸਨ ਨਹੀਂ ਤਾਂ ਉਹ ਨੰਗਾ ਘੁੰਮਦਾ ਸੀ ਕਿਉਂਕਿ ਉਹ ਨੰਗਾ ਘੁੰਮਦਾ ਸੀ ਨਹੀਂ ਤਾਂ ਨਹੀਂ ਜਿਹੋ ਜਨਵਰਾਂ ਦੇ ਖੱਲਾਂ ਪੱਤਿਆਂ ਦੇ ਛਿਲਕੇ ਪਾ ਲੈਂਦਾ ਸੀ ਜਨਵਰਾਂ ਦਾ ਸ਼ਿਕਾਰ ਕਰਨ ਲਈ ਉਹ ਪੱਥਰਾਂ ਅਤੇ ਦਰਖਤਾਂ ਦੀਆਂ ਟਾਹਣੀਆਂ ਦੀ ਵਰਤੋਂ ਕਰਦਾ ਸੀ ਇਸ ਯੁੱਗ ਦਾ ਮਨੁੱਖ ਸ਼ਿਕਾਰੀ ਅਤੇ ਖਾਦ ਸੰਗ੍ਰਹਿਕ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਅਸੀਂ ਅੱਜ ਦੀ ਇਸ ਵੀਡੀਓ ਰਾਹੀਂ ਆਦਮ ਮਨੁੱਖ ਬਾਰੇ ਪੜਿਆ ਹੈ ਧਰਤੀ ਤੇ ਜੀਵਨ ਦਾ ਵਿਕਾਸ ਕਿਸ ਪ੍ਰਕਾਰ ਹੋਇਆ ਧਰਤੀ ਤੇ ਜੀਵਨ ਦਾ ਵਿਕਾਸ ਕਿਸ ਤਰ੍ਹਾਂ ਹੋਇਆ ਇਹ ਪਹਿਲਾ ਕੁਐਸਚਨ ਹੈ ਧਰਤੀ ਤੇ ਜੀਵਨ ਦਾ ਵਿਕਾਸ ਲੱਖਾਂ ਹਜ਼ਾਰਾਂ ਸਾਲਾਂ ਵਿੱਚ ਹੋਇਆ ਜਦ ਜੀਵਨ ਦਾ ਵਿਕਾਸ ਸੀਗਾ ਉਸ ਨੂੰ ਕਈ ਹਜ਼ਾਰਾਂ ਸਾਲ ਲੱਗੇ ਆਦਮਾਨਮ ਜੰਗਲਾਂ ਵਿੱਚ ਕਿਵੇਂ ਰਹਿੰਦਾ ਸੀ ਆਦਮਾਨਮ ਜੰਗਲਾਂ ਵਿੱਚ ਕਿਵੇਂ ਰਹਿੰਦਾ ਸੀ ਆਦਮਾਨਮ ਜੰਗਲਾਂ ਵਿੱਚ ਜੰਗਲਾਂ ਵਿੱਚ ਜਨਵਰਾ ਵਾਂਗ ਰਹਿੰਦਾ ਸੀ ਅਤੇ ਉਹ ਇੱਧਰ ਉੱਧਰ ਘੁੰਮਦਾ ਰਹਿੰਦਾ ਸੀ ਧਰਤੀ ਤੇ ਮਨੁੱਖ ਦੀ ਹੋਂਦ ਕਦੋਂ ਹੋਈ ਧਰਤੀ ਤੇ ਮਨੁੱਖ ਦੀ ਹੋਂਦ ਕਦੋਂ ਹੋਈ ਤਾਂ ਕਿ ਆਪਾਂ ਨੂੰ ਪਤਾ ਹੀ ਹੈ ਧਰਤੀ ਤੇ ਮਨੁੱਖ ਦੀ ਹੋਂਦ 40 ਲੱਖ ਸਾਲ ਪਹਿਲਾਂ ਹੋਈ 40 ਲੱਖ ਸਾਲ ਪਹਿਲਾਂ ਹੋਈ ਆਦਮਨੁਕ ਜੰਗਲੀ ਆਦਮਨੁਕ ਜੰਗਲੀ ਜਾਨਵਰਾਂ ਤੋਂ ਬਚਣ ਲਈ ਝੁੰਡ ਬਣਾ ਕੇ ਰਹਿੰਦਾ ਸੀ ਆਦਮਾਨਮ ਭੋਜਨ ਦੀ ਤਲਾਸ਼ ਵਿੱਚ ਇੱਧਰ ਉੱਧਰ ਘੁੰਮਦਾ ਸੀ ਉਸ ਨੂੰ ਜੀਵਨ ਦੀਆਂ ਜ਼ਰੂਰਤਾਂ ਸਮਝਣ ਵਿੱਚ ਲੱਖਾਂ ਸਾਲ ਲੱਗੇ ਉਸ ਨੂੰ ਜੀਵਨ ਦੀਆਂ ਜ਼ਰੂਰਤਾਂ ਸਮਝਣ ਵਿੱਚ ਹਜ਼ਾਰਾਂ ਸਾਲ ਲੱਗੇ ਹਜ਼ਾਰਾਂ ਸਾਲ ਲੱਗੇ ਸਹੀ ਜਾਂ ਗਲਤ ਧਰਤੀ ਤੇ ਮਨੁੱਖ ਦੀ ਹੋਂਦ ਲਗਭਗ 40 ਲੱਖ ਸਾਲ ਪਹਿਲਾਂ ਹੋਈ ਬਿਲਕੁਲ ਸਹੀ ਹੈ ਆਦਮਨੁੱਖ ਭੋਜਨ ਦੀ ਭਾਲ ਲਈ ਇਧਰ ਉਧਰ ਘੁੰਮਦਾ ਸੀ ਇਹ ਵੀ ਸਹੀ ਹੈ ਉਸ ਦਾ ਜੀਵਨ ਕੁਦਰਤੀ ਵਸਤਾਂ ਤੇ ਨਿਰਪਰ ਕਰਦਾ ਸੀ ਇਹ ਵੀ ਸਹੀ ਹੈ ਇਸ ਤਰ੍ਹਾਂ ਅਸੀਂ ਅੱਜ ਛੇਵੀਂ ਸ਼੍ਰੇਣੀ ਆਦਮਨੁੱਖ ਬਾਰੇ ਪੜਿਆ ਹੈ ਇਸ ਦੇ ਕੁਐਸਚਨ ਆਨਸਰ ਅੰਗਰੇਜ਼ੀ ਅਤੇ ਪੰਜਾਬੀ ਦੋਹਾਂ ਹੀ ਮਾਧਿਅਮਾਂ ਵਿੱਚ ਕੀਤੇ ਹੋਏ ਹਨ ਤਾਂ ਜੋ ਵਿਦਿਆਰਥੀ ਆਪਣਾ ਵੱਤ ਤੋਂ ਵੱਤ ਕੰਮ ਕਰ ਸਕਣ ਇਸ ਵੀਡੀਓ ਨੂੰ ਵੱਤ ਤੋਂ ਵੱਧ ਵਿਦਿਆਰਥੀਆਂ ਕੋਲ ਪਹੁੰਚਦੀ ਕਰੋ ਤਾਂ ਜੋ ਉਨ੍ਹਾਂ ਦਾ ਵੱਤ ਤੋਂ ਵੱਧ ਫਾਇਦਾ ਹੋ ਸਕੇ ਧੰਨਵਾਦ